Vah gülü, 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 ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਕੀਰਤਨ ਨੂੰ ਮਾਰੇ ਗੁਰਬਾਣੀ ਦੇ ਵਿੱਚ ਪ੍ਰਧਾਨਗੀ ਬਖਸ਼ਿਸ਼ ਕਰਦੇ ਹੋਏ ਬਚਨ ਕਰਦੇ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਇਹ ਕੀਰਤਨ ਕਿੱਥੇ ਧਿਆਨ ਰੱਖ ਕੇ ਕੀਤਾ ਜਾਏ ਕਿ ਜਿਹੜਾ ਪ੍ਰਧਾਨ ਹੈ ਇੱਕ ਹੁੰਦਾ ਹੈ ਜਿਸ ਨੂੰ ਰਾਗ ਵਿਦਿਆ ਆਖਦੇ ਨੇ ਇੱਕ ਹੁੰਦੀ ਹੈ ਕਰਤ ਵਿਦਿਆ ਜਿਨ੍ਹਾਂ ਗੁਰਮੁਖਾਂ ਦਾ ਧਿਆਨ ਨਿਜ ਪਦ ਉੱਪਰ ਟਿਕ ਜਾਂਦਾ ਹੈ
ਜਿਸ ਨੂੰ ਹਰ ਤਤ ਆਖਦੇ ਨੇ ਅਤੇ ਹਰ ਤਤ ਉੱਪਰ ਬੀਜ ਮੰਤਰ ਦੇ ਉੱਪਰ ਧਿਆਨ ਰੱਖ ਕੇ ਜਦੋਂ ਉਹ ਨਿਰੰਕਾਰ ਦੀ ਉਸਤਤ ਕਰਦੇ ਨੇ ਤਾਂ ਉਸ ਕੀਰਤਨ ਨੂੰ ਕਲਯੁੱਗ ਦੇ ਵਿੱਚ ਪ੍ਰਧਾਨਗੀ ਹੈ। ਉਹਦੇ ਬਾਰੇ ਇਹ ਬਚਨ ਕੀਤਾ ਹੋਇਆ ਹੈ, ਕਲਯੁੱਗ ਮੈਂ ਕੀਰਤਨ ਪ੍ਰਧਾਨਾ। ਗੁਰਮੁਖ ਜਪੀਏ ਲਾਇ ਧਿਆਨਾ। ਉਹਨਾਂ ਦਾ ਉਸ ਵਕਤ ਜਿਹੜਾ ਧਿਆਨ ਹੈ ਉਹ ਬੀਜ ਮੰਤਰ ਉੱਪਰ ਹੁੰਦਾ ਹੈ। ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨਥਾਵੇ ਥਾਓ, ਗੁਰਪੂਰੇ ਕੇ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਜਦੋਂ ਅਸੀਂ ਸਰਵਣ ਕਰਦੇ ਹਾਂ ਐਸਾ ਕੀਰਤਨ, ਅਤੇ ਉਹ ਜਿਹੜਾ ਕੀਰਤਨ ਸੁਣਨ ਦੇ ਨਾਲ ਜਿਹੜਾ ਮਨ ਸਾਡਾ ਸੁੱਤਾ ਹੁੰਦਾ ਹੈ, ਤ੍ਰੈ ਗੁਣਾਂ ਦੇ ਵਿੱਚ ਉਹ ਜਾਗਤ ਅਵਸਥਾ ਵਿੱਚ ਆਉਂਦਾ ਹੈ। ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆ ਦੋ ਆਕਾਰ ਤੁਸੀਂ ਦੇਖ ਰਹੇ ਹੋ, ਜਿੱਥੇ ਆਪਾਂ ਸਵੇਰੇ ਸਮਝ ਚੁੱਕੇ ਸੀ, ਇਹ ਦੋ ਆਕਾਰ ਨੇ, ਇਹਨੂੰ ਬਾਣੀ ਵਿੱਚ ਸਰੀਰ ਆਖਦੇ ਨੇ। ਇਹ ਜਿਹੜੇ ਸਰੀਰ ਨੇ ਇਹ ਘੱਟ ਨੇ, ਅਤੇ ਇਹ ਦੋ ਪਰਮੇਸ਼ਰ ਨੇ ਬਣਾਏ ਹੋਏ ਨੇ। ਅਤੇ ਮਹਾਰਾਜ ਬਾਣੀ ਕਹਿੰਦੇ ਸਭ ਘੱਟ ਮੇਰੇ, ਇਹ ਸਾਰੇ ਸਰੀਰ ਪਰਮਾਤਮਾ ਕਹਿੰਦਾ ਮੇਰੇ ਨੇ। ਕਹਿੰਦਾ ਸਭ ਘੱਟ ਮੇਰੇ ਹੂੰ ਸਭਨਾ ਅੰਦਰ, ਜਿਸੇ ਖੁਆਰੀ ਤਿਸ ਕੌਣ ਕਹੇ, ਜਿਸੇ ਦਖਾਲਾਂ ਵਾਟੜੀ ਤਿਸੇ ਭੁਲਾਵੇ ਕੌਣ। ਇਕਨਾਂ ਨੂੰ ਅੰਦਰ ਬੈਠੇ ਹੋਏ ਉਸਨੇ ਆਪਣਾ ਰਸਤਾ ਦਿਖਾ ਦਿੱਤਾ ਹੈ, ਜਣਾ ਦਿੱਤਾ ਹੈ, ਇਕਨਾਂ ਨੂੰ ਅੰਦਰ ਬੈਠੇ ਹੋਏ ਭੁਲਾ ਦਿੱਤਾ ਹੈ। ਅਤੇ ਸੁਬਾਹ ਇੱਥੇ ਆਪਾਂ ਵਿਚਾਰ ਛੱਡੀ ਸੀ, ਜਿਨ੍ਹਾਂ ਨੂੰ ਜਣਾ ਦਿੱਤਾ ਉਹ ਉਹਦੀ ਭਗਤੀ ਕਰਨ ਲੱਗ ਪਏ, ਅਤੇ ਜਿਨ੍ਹਾਂ ਨੂੰ ਭੁਲਾ ਦਿੱਤਾ ਉਹ ਧਾਤ ਦੇ ਰਸਤੇ 'ਤੇ ਚੱਲ ਪਏ। ਐਸੀ ਅਵਸਥਾ ਬਣ ਗਈ, ਮਾਇਆ ਮੋਹ ਸਰੀਰ ਹਰ ਕੀ ਆ ਵਿੱਚ ਮਨੁੱਖ ਦੇ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁੱਖ ਦੇਵੇ, ਇੱਕ ਮਨਮੁੱਖ ਤੰਦ ਪਟਾਈ। ਹੁਣ ਜਿਸ ਨੂੰ ਭੁਲਾ ਦਿੱਤਾ ਇਹਨੂੰ ਮਨਮੁੱਖ ਕਹਿ ਦਿੱਤਾ, ਜਿਸ ਨੂੰ ਜਣਾ ਦਿੱਤਾ ਇਸ ਨੂੰ ਗੁਰਮੁੱਖ ਕਹਿ ਦਿੱਤਾ। ਹੁਣ ਜਿਹੜਾ ਗੁਰਮੁੱਖ ਹੈ ਇਹਨੂੰ ਜਣਾ ਦਿੱਤਾ ਹੈ, ਇਹਨੂੰ ਪਹਿਚਾਣ ਹੋ ਗਈ, ਇਹ ਇਸ ਅਵਸਥਾ ਦੇ ਵਿੱਚ ਬੈਠ ਗਿਆ ਬੀਜ ਮੰਤਰ ਉੱਪਰ।